ਕਰਤਾਰ ਸਿੰਘ ਦੁੱਗਲ ਦੀ ਕਹਾਣੀ ਇੱਕ ਛਿੱਟ ਚਾਨਣ ਦੀ ਬੀਤ ਗਏ ਦਿਨ ਗਵੰਡ ਦੇ ਸ਼ਿਵਾਲੇ ਚ ਨੌਜਵਾਨ ਪੁਜਾਰੀ ਭਜਨ गा ਰਿਹਾ ਸੀ ਅਥਰੂਆਂ ਨਾਲ ਭਿੱਜੀ ਆਵਾਜ਼ ਚ ਜਿਵੇਂ ਕਿਸੇ ਨੇ ਆਉਣ ਦਾ ਇਕਰਾਰ ਕੀਤਾ ਹੋਵੇ ਰਾਤ ਗੁਜ਼ਰ ਗਈ ਸੀ ਤੇ ਕੋਈ ਨਹੀਂ ਆਇਆ ਸੀ ਮਾਸਟਰ ਮੁਖੇ ਨੇ ਚਾਦਰ ਚੋਂ ਆਪਣੀ ਸੁੱਕ ਕੇ ਟੀਲਾ ਹੋਈ ਬਾਹ ਕੱਢੀ ਤੇ ਖੱਬੇ ਹੱਥ ਕਮਰੇ ਦੀ ਖਿੜਕੀ ਬੰਦ ਕਰ ਦਿੱਤੀ ਹਰ ਰੋਜ਼ ਸਵੇਰੇ ਮੰਦਰ ਦਾ ਨੌਜਵਾਨ ਪੁਜਾਰੀ ਇਹ ਭਜਨ ਗਾਉਂਦਾ ਸੀ ਸਾਰੇ ਪਿੰਡ ਦੀਆਂ ਕੁੜੀਆਂ ਤੇ ਕੁੜੀਆਂ ਦੀਆਂ ਮਾਵਾਂ ਕੀਲੀਆਂ ਹੋਈਆਂ ਮੰਦਰ ਆ ਜਾਂਦੀਆਂ ਸਨ ਤਾਂ ਵੀ ਹਰ ਰੋਜ਼ ਸਵੇਰੇ ਹੀ ਭਜਨ ਉਹ ਗਾਉਂਦਾ ਸੀ ਜਿਵੇਂ ਕੋਈ ਹੋਕੇ ਪਰ ਰਿਆ ਹੋਵੇ ਤੇ ਮਾਸਟਰ ਮੁੱਖਾ ਆਪਣੀ ਖਿੜਕੀ ਭੀੜ ਲੈਂਦਾ ਇਹ ਦੰਬ ਸੀ ਇਹ ਕੁਫਰ ਸੀ ਲੋਕੀ ਸੋਚਦੇ ਮਾਸਟਰ ਮੁੱਖਾ ਸੱਤਰਿਆ 72 ਆ ਗਿਆ ਹੁਣ ਉਹਦੀ ਕਿਸੇ ਗੱਲ ਵੱਲ ਕੋਈ ਧਿਆਨ ਨਹੀਂ ਦਿੰਦਾ ਸੀ ਬੀਤ ਗਏ ਦਿਨ ਭਜਨ ਬਿਨਾ ਕਿਉਂ ਮਾਸਟਰ ਮੱਖੇ ਨੇ ਤੇ ਆਪਣੀ ਸਾਰੀ ਆਯੂ ਈਸ਼ਵਰ ਦੇ ਪੈਟ ਘਟ ਲਈ ਸੀ ਫੂਕ ਫੂਕ ਕੇ ਹਰ ਕਦਮ ਰੱਖਿਆ ਸੀ 10 ਵਾਰ ਸੋਚਿਆ ਸੀ ਸੋਚਿਆ ਸੀ ਤੇ ਫਿਰ ਮੂੰਹੋਂ ਕੋਈ ਗੱਲ ਕੱਢੀ ਤਾਂ ਵੀ ਮਾਸਟਰ ਮੁੱਖਾ ਸੋਚਦਾ ਉਹਦੀ ਜ਼ਿੰਦਗੀ ਰੜਾ ਸੀ ਤੇ ਬਸ ਉਹਦਾ ਅੰਦਰ ਉੰਜਦਾ ਉੰਜ ਖਾਲੀ ਸੀ ਜਿਵੇਂ ਕਦੀ ਉਹਨੂੰ ਮਹਿਸੂਸ ਹੁੰਦਾ ਸੀ ਕਈ ਵਾਰੇ ਹੋ ਗਏ ਦੂਰ ਯਾਦ ਦੇ ਦਿਸਹਾਦੇ ਤੋਂ ਵੀ ਪਰੇ ਦੀ ਗੱਲ ਹੈ ਤੇ ਹੁਣ ਮਾਸਟਰ ਮੁਖਾ ਛਰੀਟ ਬੁੱਢਾ ਹੋ ਗਿਆ ਸੀ। ਉਹਦੀਆਂ ਚਿਮਣੀਆਂ ਦੇ ਵਾਲ ਪੱਕ ਗਏ ਸਨ। ਅੱਖਾਂ ਦੀ ਨਜ਼ਰ ਰਹਿ ਗਈ ਸੀ। ਹਰ ਵੇਲੇ ਪਰਛਾਵੇਂ ਪਰਛਾਵੇਂ ਵਿਖਾਈ ਦਿੰਦੇ ਸਨ। ਨਿਤ ਲੰਮੇ ਹੁੰਦੇ ਜਾਂਦੇ ਪਰਛਾਵੇਂ। ਉਹਦੇ ਹੱਥ ਆਪ ਮੁਹਾਰੇ ਕੰਬਣ ਲੱਗ ਪੈਂਦੇ। ਕੰਬ ਕੰਬ ਕੇ ਆਪ ਹੀ ਆਖਲ ਹੋ ਜਾਂਦੇ। ਹੁਣ ਕੋਈ ਨਹੀਂ ਕਹਿੰਦਾ ਸੀ ਚਾਰ ਦਿਨ ਹੋਰ ਤੇ ਮਾਸਟਰ ਜੀ ਉੱਠ ਖਲਾਉਣਗੇ। ਨਾ ਡਾਕਟਰ ਨਾ ਹਕੀਮ ਨਾ ਵੈਦ। ਮਾਸਟਰ ਮੁਖਾ ਮਰਨ ਕੰਢੇ ਸੀ ਪਰ ਉਹਦੀਆਂ ਹੱਡੀਆਂ ਵਿੱਚੋਂ ਜਾਨ ਨਹੀਂ ਨਿਕਲ ਰਹੀ ਸੀ। ਪਿੰਜਰੇ ਦੇ ਦਵਾਰ ਖੁੱਲੇ ਪਏ ਸਨ ਪਰ ਪੰਛੀ ਉੱਡਣ ਦਾ ਨਾਂ ਨਹੀਂ ਸੀ ਲੈ ਰਿਆ ਬੀਤੇ ਗਏ ਦਿਨ ਹਵਾ ਦੇ ਝੌਂਕੇ ਨਾਲ ਖਿੜਕੀ ਮੋੜ ਖੁੱਲ ਗਈ ਮੰਦਰ ਦੇ ਨੌਜਵਾਨ ਪੁਜਾਰੀ ਦੀ ਆਵਾਜ਼ ਫੇਰ ਆ ਰਹੀ ਸੀ ਜਿਉਂ-ਜਿਉਂ ਭਜਨ ਅੱਗੇ ਤੁਰਦਾ ਜਿਉਂ-ਜਿਉਂ ਸਰੋਤਿਆਂ ਦੀ ਭੀੜ ਵੱਧਦੀ ਤਿਨ ਤਿਨ ਛੈਣਿਆਂ ਦੀ ਚਿੰਟਿਆਂ ਦੀ ਖੜਤਾਲਾਂ ਦੀ ਲੈ ਤੇਜ਼ ਹੁੰਦੀ ਜਾਂਦੀ ਤਿਨ ਤਿਨ ਨੌਜਵਾਨ ਪੁਜਾਰੀ ਦੀ ਸੁਰੂਚੀ ਹੁੰਦੀ ਜਾਂਦੀ ਬੀਤ ਗਏ 덴 ਬੀਤ ਗਏ 덴 ਭਜੰਦੀ ਆਵਾਜ਼ ਮਾਸਟਰ ਮੁਖੇ ਦੇ ਕੰਨਾਂ 'ਚ ਵਦਾਨਾ ਵਾਂਗ ਵੱਜ ਰਹੀ ਸੀ ਪਰ ਹੁਣ ਉਸ 'ਚ ਸ਼ਕਤੀ ਨਹੀਂ ਸੀ ਕਿ ਉਹ ਚਾਦਰ ਵਿੱਚੋਂ ਬਾਹਰ ਕੱਢ ਕੇ ਫਿਰ ਖਿੜਕੀ ਨੂੰ ਬੰਦ ਕਰ ਦੇ ਮਾਸਟਰ ਮੁਖੇ ਦੀਆਂ ਅੱਖੀਆਂ 'ਗੇ ਹਨੇਰਾ ਛਾ ਰਿਹਾ ਸੀ ਹਨੇਰਾ ਉਸ ਲਈ ਕੋਈ ਉਪਰਾ ਨਹੀਂ ਸੀ ਮਾਸਟਰ ਮੁਖਾ ਸੋਚਦਾ ਉਹਦੀ ਸਾਰੀ ਜ਼ਿੰਦਗੀ ਇੱਕ ਘੁੱਪ ਹਨੇਰੀ ਰਾਤ ਵਾਂਗ ਰਾਂ ਸੀ ਕਾਲੀ ਬੋਲੀ ਰਾਤ ਹਰ ਕਦਮ ਜਿਹੜਾ ਉਸ ਪੁੱਟਿਆ ਹਨੇਰੇ 'ਚ ਹਨੇਰੇ ਵਿੱਚੋਂ ਹਨੇਰੇ ਵਿੱਚ ਸੀ ਇਕ ਖਾਈ ਵਿੱਚੋਂ ਦੂਜੀ ਖਾਈ ਵਿੱਚ ਇੱਕ ਕੈਦ ਚੋਂ ਦੂਜੀ ਕੈਦ ਵਿੱਚ ਇੱਕ ਤਰ੍ਹਾਂ ਦੇ ਚਿੱਕੜ ਚੋਂ ਇੱਕ ਹੋਰ ਤਰ੍ਹਾਂ ਦੇ ਚਿੱਕੜ ਵਿੱਚ ਨਾ ਸਮਝੀਦੇ ਹਨੇਰੇ ਚੰਦ ਵਿਸ਼ਵਾਸੀ ਹਨੇਰੇ ਚ ਅੰਧ ਵਿਸ਼ਵਾਸ ਦੇ ਹਨੇਰੇ ਚੋਂ ਵਿਸ਼ਵਾਸਹੀਨਤਾ ਦੇ ਹਨੇਰੇ ਚ ਹਨੇਰੇ ਦਾ ਤੇ ਉਹਦਾ ਸਾਥ ਕਦੀਮਾਂ ਦਾ ਸੀ ਮਾਸਟਰ ਮੱਖੇ ਦਾ ਮਾਸਟਰ ਮੱਖੇ ਦੇ ਪਿਓ ਦਾ ਮਾਸਟਰ ਮੱਖੇ ਦੇ ਪਿਓ ਦੇ ਪਿਓ ਦੇ ਪਿਓ ਦਾ ਹਨੇਰਾ ਨਿਰਧਨਤਾ ਦਾ ਹਨੇਰਾ ਸਫਲਤਾ ਦਾ ਹਨੇਰਾ ਨਿਰਾਸ਼ਤਾ ਦਾ ਬੀਤ ਗਏ ਦਿਨ ਤੇ ਜ਼ਿੰਦਗੀ ਬੀਤ ਗਈ ਸੀ ਮਾਸਟਰ ਮੁਖਾ ਸੋਚਦਾ ਤੇ ਜਿਵੇਂ ਉਹਦੇ ਮੂੰਹ ਤੇ ਕੋਈ ਚਪੇੜ ਕੱਢ ਮਾਰੇ ਉਹਦੀਆਂ ਅੱਖੀਆਂ ਨੀਵੀਆਂ ਪੈ ਜਾਂਦੀਆਂ ਸਾਰੀ ਉਮਰ ਪਿੰਡ ਦੇ ਪ੍ਰਾਇਮਰੀ ਸਕੂਲ ਦੀ ਮਾਸਟਰੀ ਇੱਕ ਪੌਡੀਅਮ ਤੋਂ ਉੱਤੇ ਨਾ ਚੜ੍ਹ ਹੋਈ ਕਿੰਜ ਕਿੰਜ ਉਸ ਹੱਥ ਨਹੀਂ ਜੋੜੇ ਸਨ ਕਿੰਜ ਕਿੰਜ ਉਸ ਲਿਲਕੀਆਂ ਨਹੀਂ ਲਈਆਂ ਸਨ ਪਰ ਨਹੀਂ ਮਾਸਟਰ ਮੁਖਾ ਪਿੰਡ ਦੇ ਉਸ ਟੁੱਟੇ ਜਿਹੇ ਪ੍ਰਾਇਮਰੀ ਸਕੂਲ ਦਾ ਹੈਡਮਾਸਟਰ ਨਹੀਂ ਬਣ ਸਕਿਆ ਸਾਰੀ ਉਮਰ ਉਸੇਕਦਾ ਰਿਆ ਤੇ ਸੱਦਰ ਉਹਦੀ ਪੂਰੀ ਨਹੀਂ ਹੋ ਸਕੀ ਕਿ ਸਕੂਲ ਲਈ ਉਤੋਂ ਆਈ ਡਾਕ ਉਹਦੇ ਨਾਂ ਆਵੇ ਸਰਕਾਰੀ ਲਫਾਫੇ ਨੂੰ ਪਹਿਲੇ ਉਹ ਖੋਲੇ ਸਾਰੀਆਂ ਚਿੱਠੀਆਂ ਪਹਿਲੇ ਉਹ ਪੜ੍ਹੇ ਫਿਰ ਕਈ ਗੱਲਾਂ ਆਪਣੇ ਮਨ ਚ ਬਸ ਗੁਪਤ ਰੱਖ ਲਵੇ ਉਹਦੇ ਹੇਠ ਕੰਮ ਕਰਨ ਵਾਲਾ ਮਾਸਟਰ ਮੁੜ ਮੁੜੋ ਦੇ ਮੂੰਹ ਹਲ ਵੇਖੇ ਜਿਵੇਂ ਸਾਰੀ ਉਮਰ ਮਾਸਟਰ ਮੁੱਖਾ ਆਪਣੇ ਉੱਤੇ ਲੱਗੇ ਹੈਡਮਾਸਟਰ ਵੱਲ ਵੇਖਦਾ ਰਿਹਾ ਸੀ ਕਦੀ ਸਕੂਲ ਚ ਕੋਈ ਯਲੋ ਕਾਰ ਗੱਲ ਨਹੀਂ ਹੋਈ ਸੀ ਤਾ ਵੀ ਹਮੇਸ਼ਾ ਮਾਸਟਰ ਮੁਖੇ ਨੂੰ ਇੱਕ ਖੁਦਗੁਤੀ ਜੀ ਲੱਗੀ ਰਹਿੰਦੀ ਇਹ ਜਾਣਨ ਲਈ ਕਿ ਉਤੋਂ ਆਏ ਲਫਾਫੇ 'ਚ ਕੀ ਸੀ ਸਾਲਾਂਬਦੀ ਡਾਕ ਉਸ ਆਪਣੀ ਤਰੱਕੀ ਦੇ ਕਾਗਜ਼ਾਂ ਦੀ ਉਡੀਕ ਕੀਤੀ ਸੀ ਸਾਲਾਂਬਦੀ ਡਾਕ ਖੁੱਲਣ ਵੇਲੇ ਉਹਦੀ ਜੀਬ ਉੱਤੇ ਰੱਬ ਦਾ ਨਾਮ ਮੁਰਮੁਰਾਇਆ ਸੀ ਤੇ ਸ਼ਹਿਰੋਂ ਮੌਇਨਾ ਕਰਨਾ ਹੈ ਅਫਸਰਾਂ ਦੇ ਮੂੰਹ ਹਲ ਮੁਰਮੁਰੋ ਵੇਖਦਾ ਸੀ ਕਦੀ ਕੋਈ ਉਹਦੀ ਤਰੱਕੀ ਦੀ ਚਰਚਾ ਕਰੇ ਪਰ ਨਹੀਂ ਹੋਰ ਸਾਰੀਆਂ ਗੱਲਾਂ ਕਰਦੇ ਸਨ ਪਰ ਇਸ ਗੱਲ ਦਾ ਕਦੀ ਕਿਸੇ ਨੇ ਜ਼ਿਕਰ ਕੀਤਾ ਮਾਸਟਰ ਮੁਖਾ ਸੋਚਦਾ ਉਹ ਮਿਹਨਤ ਕਰਦਾ ਸੀ ਉਹਦੇ ਕੰਮ ਦੀ ਸਾਰੇ ਪ੍ਰਸ਼ੰਸਾ ਕਰਦੇ ਸਨ ਤੇ ਫਿਰ ਇਹ ਅਨਿਆਂ ਕਿਉਂ ਇਸ ਵਿੱਚ ਨਿਆਂ ਵਾਲੀ ਕਿਹੜੀ ਗੱਲ ਸੀ ਪਿੰਡ ਦੇ ਪ੍ਰਾਇਮਰੀ ਸਕੂਲ ਦੇ ਦੋ ਮਾਸਟਰ ਸਨ ਇੱਕ ਵੱਡਾ ਮਾਸਟਰ ਇੱਕ ਨਿੱਕਾ ਮਾਸਟਰ ਜਦੋਂ ਤੀ ਇੱਕ ਵੱਡਾ ਮਾਸਟਰ ਵੱਡਾ ਸੀ ਨਿੱਕੇ ਮਾਸਟਰ ਨੇ ਨਿੱਕਾ ਹੀ ਰਹਿਣਾ ਸੀ ਪਰ ਵੱਡਾ ਮਾਸਟਰ ਵੱਡਾ ਕਿਵੇਂ ਸੀ ਉਮਰ ਵਿੱਚ ਉਸ ਤੋਂ ਛੋਟਾ ਸੀ ਅਕਲ ਵਿੱਚ ਅਕਲ ਨੂੰ ਮਿਨਿਆ ਥੋੜਾ ਜਾਂਦਾ ਤੇ ਮਾਸਟਰ ਮੁੱਖਾ ਜਿਵੇਂ ਬੇਵੱਸ ਹੋ ਕੇ ਰਹਿ ਜਾਂਦਾ ਸਕੂਲ ਚ ਗੁਲਾਮੀ ਘਰ ਚ ਗੁਲਾਮੀ ਕਿਉਂਕਿ ਮਾਸਟਰ ਮੁਖਾ ਸਕੂਲ ਚ ਨਿੱਕਾ ਮਾਸਟਰ ਸੀ ਘਰ ਚ ਵੀ ਉਹਦੀ ਕੋਈ ਪੁੱਛ ਪ੍ਰਤੀਤ ਨਹੀਂ ਸੀ ਹੁੰਦੀ ਗਵਾਂਡ ਵਿੱਚ ਤੇ ਵੱਡਾ ਮਾਸਟਰ ਰਹਿੰਦਾ ਸੀ ਤੇ ਜਿਵੇਂ ਉਹਦਾ ਪਰਛਾਵਾਂ ਦਿਨ ਰਾਤ ਇਹਨਾਂ ਦੇ ਵਿਹੜੇ ਪੈ ਰਿਆ ਹੋਵੇ ਕੋਈ ਚੰਗੀ ਚੀਜ਼ ਪੱਕਦੀ ਪਹਿਲੇ ਗਵੰਡੀਆਂ ਦੇ ਜਾਂਦੀ ਕੋਈ ਸੁਗਾਤ ਬਾਹਰੋਂ ਆਉਂਦੀ ਪਹਿਲੇ ਵੱਡੇ ਮਾਸਟਰ ਜੀ ਦੀ ਪੇਂਟ ਹੁੰਦੀ ਉਹਦੀ ਤਰੀਮਤ ਜਿਵੇਂ ਵੱਡੇ ਮਾਸਟਰ ਦੀ ਤਰੀਮਤ ਦੀ ਜ਼ਰ ਖਰੀਦ ਹੋਵੇ ਉਹਦੇ ਬੱਚੇ ਵੱਡੇ ਮਾਸਟਰ ਨੂੰ ਆਪਣੇ ਪਿਤਾ ਤੋਂ ਕਿਤੇ ਜ਼ਿਆਦਾ ਸਤਿਕਾਰ ਦਿੰਦੇ ਸਨ ਬੱਚਿਆਂ ਨੂੰ ਜਦੋਂ ਸਮਝਾਉਣਾ ਹੁੰਦਾ ਉਹਨਾਂ ਦੀ ਮਾਂ ਹਮੇਸ਼ਾ ਵੱਡੇ ਮਾਸਟਰ ਜੀ ਦਾ ਡਰਾਵਾ ਦਿੰਦੀ ਤੇ ਬੱਚੇ ਮਾਸਟਰ ਮੱਖੇ ਦੇ ਸਾਨੂੰ ਹੁਕਮ ਹੋਣਾ ਤੇ ਗਵੰਡੀ ਦਾ ਚੱਲਦਾ ਸੀ ਹਨੇਰ ਸਾਈ ਦਾ ਕੋਈ ਗੱਲ ਵੀ ਹੋਈ ਹਨੇਰਾ 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 ਅਜੇ ਲੋ ਨਹੀਂ ਸੀ ਹੋਈ ਤੇ ਮੰਦਰ ਉਪਾਸ਼ਕਾਂ ਨਾਲ ਭਰ ਗਿਆ ਸੀ ਕੀਰਤਨ ਦੀ ਧੁਨ ਆਪਣੇ ਸਿਖਰ ਉੱਤੇ ਸੀ ਬੀਤ ਗਏ ਦਿਨ ਬੀਤ ਗਏ ਦਿਨ ਦੀ ਮੁਹਾਰਨੀ ਰਟਦੇ ਸ਼ਰਧਾਲੂ دیਵਾਨੇ ਹੋ ਰਹੇ ਸਨ ਮਾਸਟਰ ਮੁੱਖਾ ਸੋਚਦਾ ਉਹਦੇ ਦਿਨ ਕਿਵੇਂ ਬੀਤੇ ਸਨ ਤੇ ਉਹਨੂੰ ਆਪਣੀ ਜ਼ਿੰਦਗੀ ਇੱਕ ਮਾਰੂਥਲ ਦੀ ਤਰ੍ਹਾਂ ਵੀਰਾਨ ਪ੍ਰਤੀਤ ਹੁੰਦੀ ਬਿਆਬਾਨ ਰੇਤੜ ਕਿੰਨਾ ਪਿੰਡਾ ਉਤਰ ਕੇ ਆਇਆ ਸੀ ਰੇਗਿਸਤਾਨ ਦੀ ਧੁੱਪ ਗਰਮੀ ਦੀ ਧੂੜ ਤੇ ਉਹ ਇਕੱਲਾ ਹਾਂ ਇਕੱਲਾ ਹੀ ਤੇ ਸੀ ਉਹਦੀ ਤ੍ਰਿਮਤ ਜੇ ਗੁੱਡੀਆਂ ਪਟੋਲਿਆਂ ਨਾਲ ਖੇਡਦੀ ਸੀ ਜਦੋਂ ਇਹਨਾਂ ਦਾ ਵਿਆਹ ਹੋਇਆ ਮੋਹੱਲੇ ਦੀਆਂ ਬਾਕੀ ਕੁੜੀਆਂ ਨਾਲ ਉਹਨੂੰ ਇਹ ਝੰਡ ਦੇ ਬੇਰ ਤੋੜ ਕੇ ਦਿੰਦਾ ਸੀ ਤਾਰਾ ਮੀਰਾ ਚੜਨ ਲਈ ਨਾਲ ਲਜਾਇਆ ਕਰਦਾ ਸੀ ਤੇ ਇੱਕ ਵਾਰ ਨਦੀ ਚ ਪਾਣੀ ਜ਼ਿਆਦਾ ਸੀ ਤੇ ਮੱਲੇ ਦੀਆਂ ਹੋਰ ਕੁੜੀਆਂ ਨਾਲ ਇਹਨੇ ਉਹਨੂੰ ਵੀ ਚੁੱਕ ਕੇ ਵਾਰੋ-ਵਾਰੀ ਜਾਬਾ ਪਾਰ ਕਰਵਾਇਆ ਸੀ ਉਹਨਾਂ ਦਿਨਾਂ 'ਚ ਦੀ ਤਰੀਮਾ ਦਾ ਨੱਕ ਬੜਾ ਵਗਦਾ ਸੀ ਹਰ ਵੇਲੇ ਨਲੀ ਲਟਕਦੀ ਰਹਿੰਦੀ ਮੱਖੀਆਂ ਉਹਨੂੰ ਘੇਰੀ ਰੱਖਦੀਆਂ ਫਿਰ ਇਹ ਨਾਰਮਲ ਦੀ ਪੜਾਈ ਲਈ ਸ਼ਹਿਰ ਤੁਰ ਗਿਆ ਕਈ-ਕਈ ਡੰਗ ਭੁੱਖਾ ਰਹਿ ਕੇ ਪੈਸੇ ਜੋੜਦਾ ਰਹਿੰਦਾ ਤੇ ਜਦੋਂ ਚਾਰਾਂ ਨੇ ਹੋ ਜਾਂਦੇ 22 ਸਕੂਪ ਵੇਖਣ ਜਾਇਆ ਕਰਦਾ ਸੀ ਸਿਰਮਾ ਵੇਖੇ ਮੁੜਦਾ ਤੇ ਘੰਟਿਆਂ ਬੱਧੀ ਉਦਾਸ ਉਦਾਸ ਰੋਣ ਹੱਕਾ ਜਿਹਾ ਪਿਆ ਰਹਿੰਦਾ ਉਹਨੂੰ ਕੱਜਣ ਬੜੀ ਚੰਗੀ ਲੱਗਦੀ ਸੀ ਇੱਕ ਵਾਰ ਸੁਪਨੇ 'ਚ ਉਸ ਵੇਖਿਆ ਉਹ ਕੱਜਣ ਦੀਆਂ ਜੁੱਤੀਆਂ ਸਾਫ਼ ਕਰ ਰਿਆ ਸੀ ਤੇ ਪਸੀਨਾ ਪਸੀਨਾ ਹੋਇਆ ਉਹਦੀ ਅੱਖ ਖੁੱਲ ਗਈ ਉਹਨੂੰ ਆਪਣੇ ਹੱਥਾਂ ਦੀਆਂ ਤਲੀਆਂ 'ਚੋਂ ਪਾਲਿਸ਼ ਦੀ ਬੋ ਆ ਰਹੀ ਸੀ ਕਦੀ ਇਹ ਸੁਪਨਾ ਨਹੀਂ ਆਇਆ ਸੀ ਕਿ ਕੱਜਣ ਉਸ ਵੱਲ ਵੇਖ ਕੇ ਮੁਸਕਰਾ ਰਹੀ ਹੋਵੇ ਕਦੀ ਇਹ ਸੁਪਨਾ ਨਹੀਂ ਆਇਆ ਸੀ ਕਿ ਉਹਦਾ ਹੱਥ ਕੱਜਣ ਦੇ ਹੱਥ 'ਚ ਹੋਵੇ ਜਿਵੇਂ ਫਿਲਮ 'ਚ ਮੁੜ-ਮੁੜ ਕਿਸੇ ਦਾ ਹੱਥ ਉਹ ਫੜ ਲਿਆ ਕਰਦੀ ਸੀ ਹਮੇਸ਼ਾ ਚਾਰ ਡੰਗ ਭੁਖਾ ਰਹਿੰਦਾ ਤੇ ਫਿਰ ਸਨਮੇ ਜਾ ਸਕਦਾ ਪਰ ਉਹ ਸੁਪਨਾ ਕਦੀ ਨਹੀਂ ਸੀ ਆਇਆ ਤੇ ਫਿਰ ਮਾਸਟਰ ਮੁੱਖਾ ਪਿੰਡ ਮੋੜਾ ਆ ਸ਼ਹਿਰੋਂ ਨਾਰਮਲ ਪਾਸ ਕਰਕੇ ਆਇਆ ਤੇ ਉਹਦੀ ਨੌਕਰੀ ਲੱਗ ਗਈ ਨੌਕਰੀ ਲੱਗੀ ਤੇ ਫਿਰ ਬੱਚੇ ਹੋਣ ਲੱਗ ਪਏ ਤੇ ਇੱਕ ਤੋਂ ਬਾਅਦ ਇੱਕ ਗੋਰੇ ਚਿੱਟੇ ਕਾਲੇ ਕਾਲ ਪਰਮੇ ਸੋਹਣੇ ਕ ਸੋਹਣੇ 10 ਬੱਚੇ ਉਸ ਆਪਣੇ ਵਿਹੜੇ 'ਚ ਖੇਡਦੇ ਹੋਏ ਵੇਖੇ ਤੇ ਫਿਰ ਇੱਕ ਦਿਨ ਗਲੀ 'ਚੋਂ ਲੰਘਦਿਆਂ ਮਾਸਟਰ ਮੁਖੇ ਨੇ ਤੱਕਿਆ ਹਰਮਾਸਟਰ ਵੇੜੇ ਵਿੱਚ ਬੱਦੀ ਆਪਣੀ ਲਾਖੀ ਗਾਂ ਦੀ ਬੂਥਣੀ ਝੁੰਮ ਰਿਹਾ ਸੀ ਜਿਵੇਂ ਕੋਈ ਕਿਸੇ ਕੁੜੀ ਦੇ ਗਲ ਚ ਬਾਹ ਪਾ ਕੇ ਉਹਦੀਆਂ ਬੁੱਲੀਆਂ ਨਾਲ ਆਪਣੀਆਂ ਬੁੱਲੀਆਂ ਜੋੜ ਦੇਵੇ ਤੇ ਮਾਸਟਰ ਮੁਖੇ ਨੂੰ ਖਿਆਲ ਆਇਆ ਉਹ ਤੇ ਆਪਣੀ ਤ੍ਰਿਮਤ ਨੂੰ ਇੱਕ ਵਾਰ ਵੀ ਕਦੀ ਨਹੀਂ ਚੁੰਮਿਆ ਸੀ ساری ਉਮਰ ਨਾ ਕਦੀ ਉਸ ਆਪਣੀ ਤ੍ਰਿਮਤ ਨੂੰ ਚੁੰਮਿਆ ਨਾ ਕਦੀ ਉਹਦੀ ਤ੍ਰਿਮਤ ਨੇ ਉਹਨੂੰ ਚੁੰਮਿਆ ਸੀ ਤੇ ਉਹ ਪੁੱਤਰਾਂ-ਪੋਤਰਿਆਂ ਵਾਲੇ ਹੋ ਗਏ ਸਨ ਧੀਆਂ-ਦੁੱਤਰਿਆਂ ਵਾਲੇ ਹੋ ਗਏ ਸਨ ਮਾਸਟਰ ਮੁਖੇ ਦੇ ਮੂੰਹ ਦਾ ਸਵਾਦ ਫਿੱਕਾ-ਫਿੱਕਾ ਹੋ ਗਿਆ ਉਹਦੀਆਂ ਅੱਖਾਂ ਸਾਹਮਣੇ ਚੱਕਰ-ਚੱਕਰ ਹਨੇਰਾ-ਨੇਰਾ ਆ ਗਿਆ ਹਨੇਰਾ ਜਿੰਨਾ ਚਿਰ ਰਹਿੰਦਾ ਗਵੰਡ ਮੰਦਰ ਦਾ ਪੁਜਾਰੀ ਬੀਤ ਗਏ ਦਿਨ ਭਜਨ ਦੇ ਬੋਲ ਗਾਉਂਦਾ ਰਹਿੰਦਾ ਅੱਗੇ ਆਪ ਗਾਉਂਦਾ ਉਹਦੇ ਪਿੱਛੇ ਉਹਦੇ ਸ਼ਰਧਾਲੂ ਇਹ ਬੋਲ ਰੱਟਦੇ ਰਹਿੰਦੇ ਇਸੇ ਕੱਚੀਆਂ ਆਵਾਜ਼ਾਂ ਹੁੰਦੀਆਂ ਕੁਵਾਰੀਆਂ ਆਵਾਜ਼ਾਂ ਹੁੰਦੀਆਂ ਜਵਾਨ ਜਹਾਨ ਕੁੜੀਆਂ ਦੀਆਂ ਮਾਵਾਂ ਦੀਆਂ ਬੱਚਿਆਂ ਵਾਲੀਆਂ ਬੱਚਿਆਂ ਦੇ ਇੰਤਜ਼ਾਰ ਚ ਤੇ ਆਵਾਜ਼ਾਂ ਬੁੱਢੀਆਂ ਮਰਦਾਂ ਦੀਆਂ ਔਰਤਾਂ ਦੀਆਂ ਜ਼ਿੰਦਗੀ ਜਿਨ੍ਹਾਂ ਦੇ ਹੱਥਾਂ ਚੋਂ ਖਿਸਕ ਗਈ ਸੀ ਤੇ ਹੁਣ ਹਨੇਰਾ ਰਹਿ ਗਿਆ ਸੀ ਹਨੇਰਾ ਤੇ ਡਿੱਕ ਡੋਲੇ ਹਨੇਰਾ ਹਾਰ ਤੇ ਥਕੇ ਵਾਂ ਕਿੰਨੇ ਚਿਰ ਤੋਂ ਮਾਸਟਰ ਮੁਖੇ ਤੇ ਇਹਨਾਂ ਤਿੰਨਾਂ ਦਾ ਸਾਥ ਸੀ ساری ਉਮਰ ਬਰਦਾਸ਼ਤ ਕਰਦਾ ਰਿਹਾ ਪਰ ਹੋਰ ਸਹਿ ਸਕਣ ਦੀ ਹੁਣ ਉਸ 'ਚ ਸ਼ਕਤੀ ਨਹੀਂ ਸੀ ਰਹੀ ਹੁਣ ਉਸ ਹਥਿਆਰ ਸੁਟ ਪਏ ਸਨ ਕੋਈ ਵੀ ਤੇ ਨਹੀਂ ਸੀ ਉਹਦਾ ਵੱਡਾ ਪੁੱਤਰ ਉਹ ਸੋਚਿਆ ਸੀ ਉਹਨੂੰ ਪੜਾ ਕੇ ਉਹ ਹੈਡਮਾਸਟਰ ਬਣਾਏਗਾ ਪਰ ਨਹੀਂ ਨਾਉ ਪੜਿਆ ਨਾ ਹੈਡਮਾਸਟਰ ਬਣਿਆ ਸ਼ਹਿਰ ਆਟੇ ਦਾਲ ਦੀ ਦੁਕਾਨ ਕਰਦਾ ਸੀ ਉਹਦਾ ਨਿੱਕਾ ਪੁੱਤਰ ਉਹ ਸੋਚਿਆ ਉਹਨੂੰ ਪੜਾ ਕੇ ਉਹ ਹੈਡਮਾਸਟਰ ਬਣਾਏਗਾ ਪਰ ਨਹੀਂ ਇਹ ਪੜਿਆ ਤੇ ਸਹੀ ਪਰ ਨਲਾਇਕ ਨੇ ਪਿਓ ਦੀ ਇੱਕ ਨਾ ਸੁਣੀ ਤੇ ਪਟਵਾਰ ਕਰ ਲਈ ਉਸ ਤੋਂ ਅਗਲਾ ਉਸ ਤੋਂ ਅਗਲਾ ਉਸ ਤੋਂ ਅਗਲਾ ਕੋਈ ਪੜੇ ਕੋਈ ਪੜੇ ਨਹੀਂ ਹੈਡਮਾਸਟਰ ਕੋਈ ਵੀ ਨਹੀਂ ਬਣ ਸਕਿਆ ਹਾਰ ਕੇ ਮਾਸਟਰ ਮੁਖੇ ਨੇ ਹੈਡਮਾਸਟਰ ਦੇ ਪੁੱਤਰ ਨਾਲ ਆਪਣੀ ਵੱਡੀ ਧੀ ਦੀ ਗੱਲ ਤੋਰੀ ਪਹਿਲੇ ਤੇ ਹੈਡਮਾਸਟਰ ਦੀ ਬਲਖੀ ਰਨ ਪੈਰਾਂ ਤੇ ਪਾਣੀ ਨਾ ਪੈਣ ਦਿੰਦੀ ਫਿਰ ਲੱਖ ਮਿੰਤਾ ਕਰਕੇ ਸੈਂਕੜੇ ਸਿਫਾਰਸ਼ਾਂ ਪਵਾ ਕੇ ਮੰਨੀ ਪਰ ਵੱਡੀ ਤੋਂ ਨਿੱਕੀ ਕੁੜੀ ਲਈ ਵੱਡੀ ਕੁੜੀ ਦਾ ਰੰਗ ਜ਼ਰਾ ਮੈਲਟਾ ਸੀ ਤੇ ਫਿਰ ਕੀ ਸਿਆਣੀ ਉਹ ਕਿੰਨੀ ਸੀ ਇੰਜ ਵੱਡੀ ਕੁੜੀ ਨੂੰ ਘਰ ਬਿਠਾ ਕੇ ਉਹ ਤੋਂ ਛੋਟੀ ਦਾ ਰਿਸ਼ਤਾ ਕਰ ਦੇਣਾ ਕੋਈ ਆਬਰੂ ਵਾਲੀ ਗੱਲ ਨਹੀਂ ਸੀ ਤਾਂ ਵੀ ਮਾਸਟਰ ਮੁੱਖਾ ਮੰਨ ਗਿਆ ਉਹਦੀ ਗੋਰੀ ਚਿੱਟੀ ਧੀ ਪ੍ਰੀਤੀ ਦਾ ਵਿਆਹ ਹਰ ਮਾਸਟਰ ਦੇ ਮੁੰਡੇ ਨਾਲ ਹੋਣਾ ਨਿਸ਼ਚਿਤ ਹੋ ਗਿਆ ਮਾਸਟਰ ਮੁੱਖਾ ਦਿਨ ਰਾਤ ਤਿਆਰੀਆਂ 'ਚ ਲੱਗਾ ਰਹਿੰਦਾ ਕੋਈ ਕਿਤੇ ਕਸਰ ਨਾ ਰਹਿ ਜਾਏ ਤੇ 10 ਦਿਨ ਵਿਆਹ ਨੂੰ ਰਹਿੰਦੇ ਸਨ ਸਾਰਾ ਦਾਜ ਤਿਆਰ ਸੀ ਤੇ ਜੰਝ ਦੀ ਖਾਤਰ ਲਈ ਸਾਰੇ ਪ੍ਰਬੰਧ ਹੋ ਚੁੱਕੇ ਸਨ ਕਿ ਕੁੜੀ ਨੂੰ ਇੱਕ ਦਿਨ ਬੁਖਾਰ ਆਇਆ ਅਗਲੇ ਦਿਨ ਬੁਖਾਰ ਉਹਦੇ ਸਿਰ ਨੂੰ ਚੜ ਗਿਆ ਤੀਜੇ ਰੋਜ਼ ਕੁੜੀ ਖਤਮ ਹੋ ਗਈ ਮਾਸਟਰ ਮੁਖੇ ਨੇ ਆਪਣੀ ਜਵਾਨ ਜਹਾਨ ਧੀ ਦੀ ਇਸ ਕਹਿਰਾਂ ਦੀ ਮੌਤ ਉੱਤੇ ਸਿਰ ਦੇ ਵਾਲ ਪੁੱਟ ਲਏ ਉਹਦੀ ਤ੍ਰੀਮਤ ਕੁੜੀ ਦੇ ਵਿਆਹ ਲਈ ਇਕੱਠੀ ਕੀਤੀ ਰਸਦ ਨੂੰ ਵੇਖਦੀ ਤੇ ਉਹਨੂੰ ਮੁਰਮੁਰ ਡੋਪ ਪੈਂਦੀ ਤੇ ਫਿਰ ਉਹਨਾਂ ਲੱਖ ਯਤਨ ਕੀਤੇ ਹੈਡਮਾਸਟਰ ਦੇ ਪੁੱਤਰ ਨਾਲ ਉਹਨਾਂ ਦੀ ਹੋਰ ਕਿਸੇ ਧੀ ਦਾ ਵਿਆਹ ਹੋ ਜਾਏ ਸਾਰੀ ਤਿਆਰੀ ਹੋਈ ਪਈ ਸੀ ਪਰ ਹੈਡਮਾਸਟਰ ਦੀ ਤਰੀਮਤ ਨਹੀਂ ਮੰਨੀ ਤੇ ساری ਉਮਰ ਮਾਸਟਰ ਮੁਖਾ ਉਹਨਾਂ ਦੇ ਘਰ ਮਾਤ ਹਿੱਤਾਂ ਮੰਗ ਜਾਂਦਾ ਰਿਹਾ ਸਕੂਲ 'ਚ ਨੌਕਰੀ ਘਰ 'ਚ ਚੱਕਰੀ ਇੱਕ ਨਮਾਣੀ ਜੀ ਸਾਂ ਜੋ ਸ ਹੈਡਮਾਸਟਰੀ ਨਾਲ ਪਾਣੀ ਚਾਹੀ ਉਹਨ ਮੂੰਹ ਦੀ ਖਾਣੀ ਪਈ ਮਾਸਟਰ ਮੁਖੇ ਨੇ ਹਾਰ ਮੰਨ ਲਈ ਤੇ ਹੁਣ ਮਾਸਟਰ ਮੁਖੇ ਦਾ ਕੋਈ ਵੀ ਨਹੀਂ ਸੀ ਧੀਆਂ ਪੁੱਤਰ ਵਿਆਹੇ ਵਰੇ ਗਏ ਸਨ ਸਾਰੇ ਆਪੋ ਆਪਣੇ ਘਰ ਸੰਦ ਤੇ ਉਹਨਾਂ ਦੀ ਮਾਂ ਕਦੀ ਕਿਸੇ ਪੁੱਤਰ ਕੋਲ ਚਲੀ ਜਾਂਦੀ ਕਦੀ ਕਿਸੇ ਕੋਲ ਤੇ ਮਾਸਟਰ ਮੁਖੇ ਕੋਲ ਹੁਣ ਕੁਝ ਵੀ ਨਹੀਂ ਸੀ ਖੰਗਾਰ ਸਨ ਛਿੜਕਾਂ ਸਨ ਮਿਹਣੀ ਸਨ ਦਵਾਈਆਂ ਦੀਆਂ ਸ਼ੀਸ਼ੀਆਂ ਸਨ ਔਰ ਕੁਝ ਵੀ ਨਹੀਂ ਸੀ ਮਾਸਟਰ ਮੁਖਾ ਇਕੱਲਾ ਸੀ ਬਾਹਰ ਗਲੀ ਛੈਡਮਾਸਟਰ ਦੀ ਤ੍ਰਿਮਤ ਹਰ ਰੋਜ਼ ਦੀ ਤਰ੍ਹਾਂ ਬੁੱਕਲ ਮਾਰ ਕੇ ਮੰਦਰ ਜਾ ਰਹੀ ਸੀ ਮਾਸਟਰ ਮੁਖਾ ਉਹਨੂੰ ਵੇਖ ਨਹੀਂ ਸੀ ਸਕਦਾ ਪਰ ਟੰਗਾਰੀ ਹੋਈ ਰਨ ਦੀ ਪੈੜ ਤੇ ਪਛਾਣਦਾ ਸੀ ਬੀਤ ਗਏ ਦਿਨ ਭਜਨ ਬਿਨਾ ਮੰਦਰ ਦੇ ਪੁਜਾਰੀ ਦੀ ਆਵਾਜ਼ ਸੁਣ ਕੇ ਹਰ ਰੋਜ਼ ਸਰਗੀ ਵੇਲੇ ਘਰੋਂ ਨਿਕਲ ਪੈਂਦੀ ਸੀ ਕੰਗੀ ਪੱਟੀ ਕਰਕੇ ਤੇ ਮਾਸਟਰ ਮੁਖਾ ਸੋਚਦਾ ਉਹ ਉਹ ਤੇ ਹੁਣ ਮੰਦਿਰ ਵੀ ਨਹੀਂ ਜਾ ਸਕਦਾ ਸੀ ਹੁਣ ਜੇ ਉਚਾਈ ਤਾਂ ਵੀ ਉਹਦੇ ਚ ਤਾਕਤ ਨਹੀਂ ਸੀ ਕਿ ਤੁਰ ਕੇ ਸ਼ਿਵਾਲੇ ਤੱਕ ਪੁੱਜ ਸਕੇ ਕੋਈ ਵੇਲਾ ਸੀ ਉਹ ਦੋਵੇਂ ਵੇਲੇ ਮੰਦਿਰ ਜਾਂਦਾ ਸੀ ਸਵੇਰੇ ਸ਼ਾਮ ਪੂਜਾ ਲਈ ਹਾਜ਼ਰ ਹੁੰਦਾ ਸੀ ਸਵੇਰੇ ਮੰਦਿਰੋਂ ਹੋ ਕੇ ਸਕੂਲੇ ਜਾਂਦਾ ਅਤੇ ਸ਼ਾਮੀ ਮੰਦਿਰ ਤੋਂ ਬਾਅਦ ਨੰਬਰਦਾਰ ਦੇ ਘਰ ਪੜ੍ਹਉਣ ਜਾਂਦਾ ਉਹਦੀ ਜਵਾਨ ਜਹਾਨ ਧੀ ਨੂੰ ਜਿਸ ਮੁੰਡੇ ਨਾਲ ਉਹਦੀ ਮੰਗਣੀ ਹੋਈ ਸੀ ਉਹ ਵਿਲਾਇਤ ਗਿਆ ਹੋਇਆ ਸੀ ਤੇ ਘਰ ਵਾਲਿਆਂ ਨੇ ਸੋਚਿਆ ਉਹ ਚਾਰ ਅੱਖਰ ਕੁੜੀ ਨੂੰ ਪੜਾ ਦੇਣ ਅੰਗਰੇਜ਼ੀ ਪਾਸ ਮੁੰਡੇ ਦੀ ਅਨਪੜ ਕੁੜੀ ਨਾਲ ਕਿਵੇਂ ਬਣੇਗੀ ਤੇ ਮਾਸਟਰ ਮੁਖਾ ਕਿੰਨਾ ਚਿਰ ਉਸ ਕੁੜੀ ਨੂੰ ਪੜ੍ਹਾਉਣ ਜਾਂਦਾ ਰਿਹਾ ਨਾ ਮੁੰਡਾ ਬੁਲਾਏ ਤੋਂ ਮੁੜਦਾ ਸੀ ਤੇ ਨਾ ਪੜ੍ਹਾਈ ਖਤਮ ਹੁੰਦੀ ਸੀ ਤੇ ਮੁੰਡਾ ਬੁਲਾਏ ਤੋਂ ਨਹੀਂ ਮੁੜਦਾ ਤੇ ਇਧਰ ਕੁੜੀ ਉੱਤੇ ਅੰਤਾਂ ਦੀ ਜਵਾਨੀ ਚੜ੍ਹਾਈ ਸੀ ਮਾਸਟਰ ਮੁਖੇ ਨੇ ਭਾਵੇਂ ਕੁੜੀ ਨੂੰ ਕਦੀ ਵੇਖਿਆ ਨਹੀਂ ਸੀ ਮੁਸਲਮਾਨ ਨੰਬਰਦਾਰ ਦੇ ਘਰ ਪਰਦਾ ਜੋ ਹੁੰਦਾ ਸੀ ਪਰ ਜਵਾਨ ਜਹਾਨ ਕੁੜੀ ਦੀ ਆਵਾਜ਼ ਨੂੰ ਪਛਾਣਦਾ ਸੀ ਜਵਾਨ ਜਹਾਨ ਕੁੜੀ ਦੀ ਖੁਸ਼ਬੂ ਉਹਨੂੰ ਆਉਂਦੀ ਰਹਿੰਦੀ ਸੀ ਪਰਦੇ ਵਾਲੇ ਘਰ ਮਾਸਟਰ ਮੁਖੇ ਤੇ ਕੁੜੀ ਦੇ ਵਿਚਕਾਰ ਇੱਕ ਚਾਦਰ ਤਾਣ ਦਿੱਤੀ ਜਾਂਦੀ। ਮਾਸਟਰ ਮੁਖਾ ਇੱਧਰ ਬੈਠ ਕੇ ਪੜਾਉਂਦਾ, ਕੁੜੀ ਚਾਦਰ ਦੇ ਉਸ ਪਾਸੇ ਬੈਠ ਕੇ ਪੜਦੀ ਤੇ ਮਾਸਟਰ ਮੁਖੇ ਨੇ ਕੁੜੀ ਨੂੰ ਕਦੀ ਨਹੀਂ ਵੇਖਿਆ ਸੀ। ਹਾਂ ਇੱਕ ਵਾਰ ਘਰ ਦੇ ਕੰਮ ਦੀ ਕਾਪੀ ਫੜਾਉਣ ਵੇਲੇ ਉਹਦੀਆਂ ਲੰਮੀਆਂ, ਗੋਰੀਆਂ, ਲਵੀਆਂ ਉਂਗਲੀਆਂ ਦਾ ਇੱਕ ਝੋਲਾ ਜਿਹਾ ਉਹਨੂੰ ਪਿਆ ਸੀ ਜਿਵੇਂ ਬਰਫੀ ਦੀਆਂ ਡਲੀਆਂ ਟੁਕੀਆਂ ਹੋਣ। ਮਾਸਟਰ ਮੁਖੇ ਨੂੰ ساری ਉਮਰ ਬਰਫੀ ਖਾਣੀ ਚੰਗੀ ਲੱਗੀ ਸੀ ਤੇ ਫਿਰ ਇੱਕ ਦਿਨ ਮੰਦਰ ਵਿੱਚ ਉਹਨੂੰ ਜ਼ਰਾ ਦੇਰ ਹੋ ਗਈ ਸੀ ਕੋਈ ਤੀਜ ਤਿਹਾਰ ਸੀ। ਪੜਾਉਣ ਲਈ ਉਹ ਨੰਬਰਦਾਰ ਦੇ ਚੇਰ ਕਰਕੇ ਪੁੱਜਾ ਤੇ ਵੇੜੇ ਚੋਂ ਸਪੈਰ ਹੀ ਪਾਇਆ ਸੀ ਕਿ ਅੰਦਰੋਂ ਆਵਾਜ਼ ਆਈ ਕੀ ਮਾਸਟਰ ਜੀ ਮਾਸਟਰ ਜੀ ਹਰ ਵੇਲੇ ਕਰਦੀ ਰਹਿਣੀ ਹੈ ਮਾਂ ਆਪਣੀ ਧੀ ਨੂੰ ਡਾਂਟ ਰਹੀ ਸੀ ਤੇ ਫਿਰ ਕਿਸੇ ਨੇ ਜਿਵੇਂ ਭੋਲੇ ਜਿਹੇ ਉਹਨੂੰ ਦੱਸਿਆ ਮਾਸਟਰ ਜੀ ਬਾਹਰ ਆਏ ਘੜੋਤੇ ਸੰਤੋ ਇਕਦਮ ਚੁੱਪ ਹੋ ਗਈ ਤੇ ਮਾਸਟਰ ਮੁਖੇ ਨੂੰ ਉਸ ਦਿਨ ਬੜੀ ਸ਼ਰਮ ਆਈ ਸੀ ਪਰਦੇ ਵਾਲੇ ਘਰ ਖੰਗੂਰਾ ਮਾਰੇ ਬਿਨਾਂ ਨਹੀਂ ਵੜਨਾ ਚਾਹੀਦਾ ਪਰ ਉਹ ਤੇ ਹਮੇਸ਼ਾ ਇੰਜ ਕਰਨਾ ਭੁੱਲ ਜਾਂਦਾ ਸੀ ਤੇ ਕੁਝ ਦਿਨ ਤੇ ਵਿਲਾਇਤ ਗਿਆ ਮੁੰਡਾ ਮੋੜ ਆਇਆ ਇਹ ਨੰਬਰਦਾਰ ਦੀ ਕੋਈ ਇੱਕ ਧੀ ਦਾ ਵਿਆਹ ਹੋਇਆ। 10 ਦਿਨ ਪੂਰੇ ਪਿੰਡ 'ਚ ਰੌਣਕ ਲੱਗੀ ਰਹੀ ਸੀ। ਵਾਜੇ ਤੇ ਆਤਿਸ਼ বাজਗੀਆਂ ਤੇ ਪਕਵਾਨ। ਕੀ ਮਾਸਟਰ ਜੀ ਮਾਸਟਰ ਜੀ ਹਰ ਵੇਲੇ ਕਰਦੀ ਰਹਿਣੀ ਹੈ। ਤੇ ਫਿਰ ਉਹ ਡੋਲੀ 'ਚ ਬੈਠ ਕੇ ਤੁਰ ਗਈ। ਕੀ ਮਾਸਟਰ ਜੀ ਮਾਸਟਰ ਜੀ ਹਰ ਵੇਲੇ ਕਰਦੀ ਰਹਿਣੀ ਹੈ। ਮਾਸਟਰ ਮੁਖੇ ਨਹੀਂ ਸੁਣਿਆ ਤੁਰਨ ਵੇਲੇ ਕੁੜੀ ਲਹੂ ਦੇ ਅਥਰੂ ਰੋਈ ਸੀ। ਕੀ ਮਾਸਟਰ ਜੀ ਮਾਸਟਰ ਜੀ ਹਰ ਵੇਲੇ ਕਰਦੀ ਰਹਿਣੀ ਹੈ। ਇੰਜ ਪਿੰਡ ਦੀ ਕੋਈ ਕੁੜੀ ਵਿਆਹ ਵੇਲੇ ਨਹੀਂ ਸੀ ਰੋਈ ਜਿਵੇਂ ਨੰਬਰਦਾਰ ਦੀ ਜਾਈ ਰੋਈ ਸੀ। ਕੀ ਮਾਸਟਰ ਜੀ ਮਾਸਟਰ ਜੀ ਹਰ ਵੇਲੇ ਕਰਦੇ ਰਹਿਣੀ ਹੈ ਤੇ ਮਾਸਟਰ ਮੁਖੇ ਨੂੰ ਲੱਗਾ ਜਿਵੇਂ ਚਾਨਣ ਦੀ ਇੱਕ ਛਿੱਟ ਸਾਹਮਣੇ ਚਿਰੋਖੇ ਵਿੱਚੋਂ ਫੁੱਟ ਕੇ ਉਹਦੀਆਂ ਅੰਗਨੀਆਂ ਤੇ ਆ ਲੱਗੀ ਹੋਵੇ ਕੀ ਮਾਸਟਰ ਜੀ ਮਾਸਟਰ ਜੀ ਹਰ ਵੇਲੇ ਕਰਦੇ ਰਹਿਣੀ ਹੈ ਕੀ ਮਾਸਟਰ ਜੀ ਮਾਸਟਰ ਜੀ ਹਰ ਵੇਲੇ ਕਰਦੇ ਰਹਿਣੀ ਹੈ ਤੇ ਮਾਸਟਰ ਮੁਖੇ ਦਾ ਸਰਾਣਾ ਅਥਰੂਆਂ ਨਾਲ ਨੁੱਚੜਨ ਲੱਗ ਪਿਆ ਧੁੱਪਾਂ ਨਿਕਲ ਆਈਆਂ ਸਨ ਤਾਂ ਵੀ ਮਾਸਟਰ ਮੁਖੇ ਦੇ ਕਮਰੇ ਵਿੱਚੋਂ ਕੋਈ ਆਵਾਜ਼ ਨਹੀਂ ਆ ਰਹੀ ਸੀ ਫਿਰ ਕਿਸੇ ਅੰਦਰ ਜਾ ਕੇ ਵੇਖਿਆ ਅਥਰੂ ਮਾਸਟਰ ਮੁਖੇ ਦੀਆਂ ਪਲਕਾਂ ਜੋ ਸੁੱਕ ਚੁੱਕੇ ਸਨ ਤੇ ਪਲਕਾਂ ਪਿੱਛੇ ਮਾਸਟਰ ਮੁੱਖਾ ਕੋਈ ਨਹੀਂ ਸੀ ਪੰਛੀ ਉੱਡ ਗਿਆ ਸੀ ਧੰਨਵਾਦ